ਅੱਜ ਜੋ ਮਰਜ਼ੀ ਕਰੀਏ, ਗੋਬਿੰਦ ਰਾਮ ਏਡਾ ਤੜਿਆ ਬੰਦਾ ਸੀ, ਕੋਈ ਗੱਲ ਕਰਨ ਵਾਲੀ ਨਹੀਂ, ਕੋਈ ਸ਼ੱਕ ਨਹੀਂ, ਉਹਨੂੰ ਰੱਬ ਭੁਲਾ ਸੀ। ਉਹਨੂੰ ਉਹ ਕਹਿੰਦਾ ਮੈਂ ਗੋਬਿੰਦ ਸਿੰਘ ਕਹੂੰਗਾ। ਅਸੀਂ ਜਿੱਥੇ ਦੇ ਮਰੀਏ 'ਚ ਗਏ ਉੱਥੋਂ ਸਾਨੂੰ ਕਿਸੇ ਬੰਦੇ ਨੇ ਆ ਕੇ ਤਾਂ ਮਰੀਏ ਪੋਲੇ ਦਿੱਤੇ ਹਨ ਸਾਨੂੰ, ਇਹ ਨਹੀਂ ਪਤਾ ਸਾਡੇ ਬੱਚੇ ਦੇ ਆ ਕਿਸੇ ਦੇ ਬੱਚੇ ਦੇ ਆ, ਇਹ ਉਹ ਅਕਾਲ ਪੁਰਖ ਹੀ ਜਾਣ। ਮੈਂ ਤਾਂ ਹੁਣ ਹੀ ਆਤੀ ਉਹ ਨਾ ਮਾਰ ਕਰਕੇ ਨਾ ਇੱਥੇ ਨਾ ਦਿੱਤਾ ਮੈਨੂੰ ਬਈ। ਨੁਕਸਾਨ ਬਹੁਤ ਕੀਤਾ ਉਹਨੇ, ਬੜੇ ਮਾਵਾਂ ਦੇ ਪੁੱਤ ਉਹਨਾਂ ਦੀਆਂ ਗੋਦਾਂ ਦੇ ਵਿੱਚੋਂ, ਗੋਦੀਆਂ 'ਚੋਂ ਖੋ ਖੋ ਕੇ ਉਹਨੇ ਮਾਰੇ ਨੇ। ਪਰ ਫਿਰ ਬਾਪੂ ਜੀ, ਪਹਿਲਾਂ ਉਹਦਾ ਪੁੱਤ ਮਾਰਿਆ ਅਤੇ ਫਿਰ ਉਹਨੂੰ ਜਦੋਂ ਮਾਰਿਆ ਨਾ, ਫਿਰ ਟੋਕਰੀ 'ਚ ਹੀ ਪਾ ਕੇ ਸੰਸਕਾਰ ਕੀਤਾ, ਲੱਭਾ ਉਹਦਾ ਵੀ ਮੂੰਹ ਸਿਰ ਕੱਖ ਨਹੀਂ ਕਿਸੇ ਨੂੰ। ਕਿਸੇ ਨੇ ਕੋਈ 200-400-500 ਕਿਤੇ 1000-2000 ਕਿਤੇ ਹੁਸ਼ਿਆਰ ਸਿੰਘ ਦੇ ਨਾਂ 'ਤੇ ਦਿੱਤਾ ਹੋਏ, ਵੀ ਆ ਲਓ ਇੱਕ ਸਰੂਪਾ ਅਤੇ ਆ ਮਾਣ ਤਾਣਿਆ ਤੁਹਾਡਾ। 5 ਰੁਪਈਏ ਵੀ ਨੇ, ਅਸੀਂ ਪਹੁੰਚਣਾ ਇਹਨਾਂ ਦੇ ਘਰ। ਇਹ ਮੰਗਤੇ ਨਹੀਂ, ਇਹ ਦਾਨੀ ਨੇ। ਇਹਨਾਂ ਨੇ ਆਪਣੇ ਨੌਜਵਾਨ ਹੀਰਿਆਂ ਵਰਗੇ ਪੁੱਤ ਦਾਨ ਕੀਤੇ ਨੇ।